हरजिंदर सूरेवालिया का कहानी संग्रह है अर्थ बदलदे रिश्ते। कहानी है मुश्कियां जुराबां। मैं स्कूल लगन तो 5-7 मिनट पहले ही स्कूल च दाखिल हो गया सी ते वरांडे च साइकिल नू स्टैंड ला रहा सी ता गिल भी अपने इनफील्ड दी दुग दुग कराउंदा आ पहुंचिया। असी अगड़ पिछड़ी दफ्तर च दाखिल होए। मुख अध्यापक अपनी कुर्सी ते अध लेटिया मेज ते लत्तां रखी पिया सी। उन्हें पैरां चों जुत्ती लाई हुई सी ते उहदियां गंदियां जराबां दा मुश्क छोटे जे दफ्तर दी हवा च पूरी तरह फैल चुका सी। उस दिन अद्धी छुट्टी खत्म होण दी घंटी वज रही सी ते साडे स्कूल दीआं तिन्न ही जमातां दे विद्यार्थी खेडणा बंद करके आपो अपनीआं क्लासां वल जा रहे सन। जिहड़े घरां नूं रोटी खाण गए सन उह वी भज के स्कूल च दाखल हो रहे सन। असीं वी हुणे हुणे पंजे स्टाफ मैंबर साइंस रूम चों इकट्ठे रोटी खा के निकले सन। दोनों अध्यापक कामा ते राजीव कुमार अपनियां क्लासां लैण चल पए सन ते गिल बाथरूम वल तुर गया सी। मैं दफ्तर दे बार च खलोता इह सारा जायजा लै रहा सां। इही समां हुंदा है जदों उच्च अधिकारियां वल्लों स्कूल दी अचनचेत चैकिंग कीती जांदी है जिहनूं उह छापा मारना कहिंदे आ। उसे समें 28-30 साल दा पतला ते मधरा जिहा क्लीन शेव नौजवान स्कूल च दाखल होया। साइकिल पिछाई खड़ा के उह काले काले कदम पुटदा मेरे वल वधिया आ रहा सी। उहदे चेहरे दा पक्का रंग पसीने दीआं बूंदां दे कारण चमक रहा सी। मैली जी क्रीम कलर दी पेंट शर्ट उहने पहनी हुई सी। मेरे कोल आ के उहने थोड़ा जिहा सिर हिला के हथ मिलाया ते पेंट दी सज्जी जेब चों कुछ कागज़ कढ के मेरे वल वधा दित्ते। कागज़ फड़ के मैं दफ्तर च अपनी मुखी वल वाली कुर्सी ते विराजमान हो के उहनूं इक कुर्सी ते बैठण दा इशारा कीता ते उहदे कागज़ पढ़न लग्गिया। ਇਹ ਸਰਕਾਰੀ ਪੱਤਰ ਪੜ੍ਹ ਕੇ ਮੇਰਾ ਚਿਹਰਾ ਉਤਰ ਗਿਆ। ਉਸੇ ਵਕਤ ਬੈੱਲ ਮਾਰ ਕੇ ਮੈਂ ਸੇਵਾਦਾਰ ਨੂੰ ਸੱਦਿਆ ਅਤੇ 2 ਗਲਾਸ ਪਾਣੀ ਲਿਆਉਣ ਲਈ ਕਹਿ ਕੇ ਫਿਰ ਕਾਗਜ਼ ਦੁਬਾਰਾ ਪੜ੍ਹਨ ਲੱਗ ਪਿਆ। ਸੇਵਾਦਾਰ ਨਵੇਂ ਬੰਦੇ ਵੱਲ ਕੁਨੱਖਾ ਜਿਹਾ ਝਾਕਦਾ ਪਾਣੀ ਲੈਣ ਚਲਾ ਗਿਆ। ਨੌਜਵਾਨ ਹੁਣ ਆਰਾਮ ਨਾਲ ਬੈਠਾ ਦਫ਼ਤਰ ਦੀ ਹਰ ਚੀਜ਼ ਨੂੰ ਬੜੀ ਨੀਝ ਨਾਲ ਵੇਖ ਰਿਹਾ ਸੀ। ਮੈਂ ਪੱਤਰ ਦੁਬਾਰਾ ਪੜ੍ਹ ਕੇ ਪੇਪਰ ਵੇਟ ਹੇਠ ਰੱਖਦੇ ਹੋਏ ਕਿਹਾ ਠੀਕ ਹੈ। ਸੇਵਾਦਾਰ ਪਾਣੀ ਦੇ 2 ਗਲਾਸ ਟਰੇ 'ਚ ਰੱਖ ਲਿਆ। ਉਹਦੇ ਪਿੱਛੇ ਡਰਾਇੰਗ ਮਾਸਟਰ ਨਸੀਬ ਸਿੰਘ ਗਿੱਲ ਵੀ ਬਿੱਲੀ ਵਾਂਗ ਸ਼ਹਿ ਲਾ ਕੇ ਦਫ਼ਤਰ 'ਚ ਆ ਵੜਿਆ ਅਤੇ ਮੇਰੇ ਸੱਜੇ ਪਾਸੇ ਪਈ ਖਾਲੀ ਕੁਰਸੀ 'ਤੇ ਬੈਠ ਕੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗਿਆ। ਇਹ ਆਪਣੇ ਨਵੇਂ SS ਮਾਸਟਰ ਚਰਨਦਾਸ। ਮੈਂ ਚਿਹਰੇ 'ਤੇ ਬਨੌਟੀ ਜਿਹੀ ਮੁਸਕਰਾਹਟ ਲਿਆ ਕੇ ਉਹਨੂੰ ਦੱਸਿਆ। ਗਿੱਲ ਦੀਆਂ ਅੱਖਾਂ ਹਮੇਸ਼ਾ ਹੀ ਲਾਲ ਰਹਿੰਦੀਆਂ ਸਨ ਅਤੇ ਅੱਜ ਕੁਝ ਵਧੇਰੇ ਲਾਲ ਜਾਪ ਰਹੀਆਂ ਸਨ। ਉਹਦੇ ਸਰੀਰ ਵਾਂਗ ਉਹਦਾ ਮੂੰਹ ਵੀ ਭਾਰਾ ਸੀ ਅਤੇ ਮੁੱਛਾਂ ਵੀ ਉਹ ਹਰ ਵਕਤ ਕੁੰਡੀਆਂ ਕਰੀ ਰੱਖਦਾ ਸੀ। ਮੇਰੀ ਗੱਲ ਸੁਣ ਕੇ ਉਹਦਾ ਸੱਜਾ ਹੱਥ ਸੱਜੀ ਮੁੱਛ 'ਤੇ ਚਲਾ ਗਿਆ। ਮੁੱਛ ਨੂੰ ਮਰੋੜ ਦਿੰਦਾ ਕੌੜ ਕੇ ਜੇ ਨਵੇਂ ਆਏ SS ਮਾਸਟਰ ਵੱਲ ਝਾਕਿਆ। ਫਿਰ ਉਹ ਪ੍ਰਸ਼ਨ ਸੂਚਕ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗਿਆ। ਕਰਾਈਏ ਜੁਆਇਨ ਇਹਨਾਂ ਨੂੰ ਫਿਰ, ਮੈਂ ਗਿੱਲ ਨੂੰ ਕਿਹਾ ਅਤੇ ਬਦਲੀ ਵਾਲੇ ਆਰਡਰ 'ਤੇ ਚਰਨਦਾਸ ਦੀ ਫਾਰਗੀ ਚਿੱਟ ਉਸ ਵੱਲ ਵਧਾ ਦਿੱਤੀ। ਉਹਨੇ ਬੜੇ ਧਿਆਨ ਨਾਲ ਇੱਕ ਇੱਕ ਅੱਖਰ ਪੜ੍ਹਿਆ ਅਤੇ ਬੋਲਿਆ, ਬਰਾੜਾ ਬਾਹਰ ਆ ਇੱਕ ਮਿੰਟ। ਅਤੇ ਉਹ ਦਫ਼ਤਰੋਂ ਨਿਕਲ ਕੇ ਸਕੂਲ ਦੇ ਪਿਛਲੇ ਪਾਸੇ ਵੱਲ ਤੁਰ ਪਿਆ। ਸਾਰੇ ਕਾਗਜ਼ ਪੈਂਟ ਦੀ ਜੇਬ 'ਚ ਪਾ ਕੇ ਮੈਂ ਵੀ ਉਹਦੇ ਪਿੱਛੇ ਚੱਲ ਪਿਆ। ਜਦੋਂ ਅਸੀਂ ਦੋਵਾਂ ਨੇ ਕੋਈ ਪਰਦੇ ਵਾਲੀ ਗੱਲ ਕਰਨੀ ਹੁੰਦੀ ਹੋਵੇ ਤਾਂ ਇੱਧਰ ਆ ਕੇ ਬੈਠਦੇ ਹਾਂ। ਅਸੀਂ ਆਪਣੇ ਘਰੇਲੂ ਮਸਲੇ ਵੀ ਇੱਕ ਦੂਜੇ ਨਾਲ ਸਾਂਝੇ ਕਰ ਲੈਂਦੇ ਸੀ। ਗਿੱਲ ਮੇਰੇ ਤੋਂ ਉਮਰ 'ਚ 5-6 ਸਾਲ ਵੱਡਾ ਹੈ ਅਤੇ ਪੇਂਡੂ ਮਾਹੌਲ ਮੁਤਾਬਕ ਸੁਲਝਿਆ ਹੋਇਆ ਵੀ। ਸਰਕਾਰੀ ਸੇਵਾ ਵੀ ਉਹਦੀ ਮੇਰੇ ਤੋਂ 7 ਸਾਲ ਵੱਧ ਹੈ। ਸਕੂਲ ਦੇ ਕੰਮਾਂ 'ਚ ਮੈਂ ਉਹਦੀ ਰਾਏ ਜ਼ਰੂਰ ਲੈਂਦਾ। ਉਹਨੇ ਤੁਰੇ ਜਾਂਦੇ ਨਹੀਂ 2 ਮੁੰਡੇ ਭੇਜ ਕੇ ਕੁਰਸੀਆਂ ਵੀ ਮੰਗਵਾ ਲਈਆਂ। ਕੀ ਸੋਚਿਆ ਫਿਰ? ਕੁਰਸੀ 'ਤੇ ਬੈਠਣ ਸਾਰ ਉਹਨੇ ਪੁੱਛਿਆ। ਸੋਚਣਾ ਕੀ ਹੈ, ਜੁਆਇਨ ਤਾਂ ਕਰਾਉਣਾ ਹੀ ਪਊ, ਮੈਂ ਕਿਹਾ। ਟਰਕਾ ਦਿੰਦੇ ਹਾਂ, ਬਹਾਨਾ ਸੋਚ ਕੋਈ। ਸਿੱਧਾ ਜਿਹਾ ਬੰਦਾ ਦਿਸਦਾ, ਮੈਨੂੰ ਤਾਂ ਲੱਗਦਾ ਹੈ ਵੀ ਰਿਜ਼ਰਵ ਦਾ। ਟਰਕਾ ਕਿਵੇਂ ਦੇਵਾਂਗੇ? ਆਰਡਰਾਂ 'ਚ ਸਪੱਸ਼ਟ ਲਿਖਿਆ ਹੈ ਕਿ ਇਹਦੀ ਬਦਲੀ 89 ਡੇਜ਼ 'ਤੇ ਕੰਮ ਕਰ ਰਹੇ ਰਾਜੀਵ ਕੁਮਾਰ ਦੀ ਥਾਂ 'ਤੇ ਕੀਤੀ ਜਾਂਦੀ ਹੈ। ਆਪਣੇ ਸਕੂਲ 'ਚੋਂ ਤਾਂ ਉਹ ਫਾਰਗ ਵੀ ਹੋ ਆਇਆ, ਜੁਆਇਨ ਤਾਂ ਹੁਣ ਕਰਾਉਣਾ ਹੀ ਪਊ, ਮੈਂ ਸਾਰੇ ਹਾਲਾਤ ਉਹਨੂੰ ਦੱਸਦੇ ਹੋਏ ਕਿਹਾ। ਆਪਣੇ ਜ਼ਿਲ੍ਹੇ 'ਚ ਇੱਕ ਹੁੰਦਾ ਸੀ ਭਾਈਆ ਹੈੱਡ ਮਾਸਟਰ, ਜਦੋਂ ਉਸ ਕੋਲ ਕੋਈ ਨਵਾਂ ਟੀਚਰ ਜੁਆਇਨ ਕਰਨ ਆਉਂਦਾ ਤਾਂ ਉਹ ਉਹਦੇ ਆਰਡਰ ਪੜ੍ਹ ਕੇ ਜੇਬ 'ਚ ਪਾ ਕੇ ਦਫ਼ਤਰੋਂ ਬਾਹਰ ਨਿਕਲ ਜਾਂਦਾ। 15-20 ਮਿੰਟ ਤੁਰ ਫਿਰ ਕੇ ਫਿਰ ਦਫ਼ਤਰ ਆ ਬੈਠਦਾ ਅਤੇ ਜੁਆਇਨ ਕਰਨ ਆਏ ਟੀਚਰ ਨੂੰ ਪੁੱਛਦਾ, ਹਾਂ ਵੀ ਤੂੰ ਕੌਣ? ਮੈਂ ਤਾਂ ਜੀ ਜੁਆਇਨ ਕਰਨ ਆਇਆ। ਅਗਲਾ ਨਿਮਰਤਾ ਨਾਲ ਦੱਸਦਾ ਤਾਂ ਕਹਿ ਦਿੰਦਾ, ਆਰਡਰ ਵਿਖਾ। ਜੇ ਉਹ ਦੱਸਦਾ ਕਿ ਆਰਡਰ ਤਾਂ ਤੁਹਾਨੂੰ ਪਹਿਲਾਂ ਹੀ ਦੇ ਦਿੱਤੇ ਆ ਤਾਂ ਸਪੱਸ਼ਟ ਮੁੱਕਰ ਜਾਂਦਾ ਅਤੇ ਉਹਨੂੰ ਦਫ਼ਤਰੋਂ ਭਜਾ ਦਿੰਦਾ। ਗਿੱਲ ਨੇ ਭਾਈਏ ਹੈੱਡ ਮਾਸਟਰ ਵਾਲੀ ਗੱਲ ਸੁਣਾ ਦਿੱਤੀ ਜਿਹੜੀ ਉਹ ਪਹਿਲਾਂ ਵੀ ਕਈ ਵਾਰ ਸੁਣਾ ਚੁੱਕਾ ਸੀ। ਪਰ ਗਿੱਲ ਸਾਹਿਬ, ਮੈਂ ਭਾਈਆ ਨਹੀਂ ਹਾਂ, ਨਾ ਹੀ ਮੈਂ ਹੈੱਡ ਮਾਸਟਰ ਹਾਂ, ਅਤੇ ਘੈਂਟ ਦਾ ਹੋਣਾ ਹੀ ਕੀ ਹੈ?
ਮਾਸਟਰ ਕੇਡਰ ਦੀਆਂ ਦੋ ਪੋਸਟਾਂ ਹਨ ਅਤੇ ਸੀਨੀਅਰ ਹੋਣ ਕਾਰਨ ਸਕੂਲ ਮੁਖੀ ਵਾਲੀ ਕਲਗੀ ਮੇਰੇ ਲੱਗ ਗਈ। ਹੋ ਸਕਦਾ ਹੈ SS ਮਾਸਟਰ ਮੇਰੇ ਤੋਂ ਸੀਨੀਅਰ ਹੋਵੇ ਅਤੇ ਕੱਲ੍ਹ ਤੋਂ ਆਪਣਾ ਮੁਖੀ ਇਹ ਬਣ ਜਾਏ। ਗਿੱਲ ਨੇ ਮੇਰੀ ਪੂਰੀ ਗੱਲ ਹੀ ਨਹੀਂ ਸੁਣੀ ਅਤੇ ਕੱਟ ਕੇ ਬੋਲਿਆ, ਤਾਂ ਹੀ ਮੈਂ ਕਹਿੰਦਾ ਇਹਨੂੰ ਭਜਾ ਦੇਈਏ, ਜੇ ਮੁਖੀ ਬਣ ਕੇ ਆਪਣੇ ਸਿਰ 'ਤੇ ਬੈਠ ਗਿਆ ਤਾਂ ਆਪਾਂ ਨੂੰ ਖਰਾਬ ਹੀ ਕਰੂ, ਇਹ ਕੌਮਾਂ ਤਾਂ ਦਵਾਈਆਂ ਹੀ ਠੀਕ ਰਹਿੰਦੀਆਂ, ਐ ਨਹੀਂ ਨਾ ਆਪਾਂ ਇਹਨੂੰ ਭਜਾ ਸਕਦੇ। ਗਿੱਲ ਦੀ ਗੱਲ ਕੱਟ ਕੇ ਮੈਂ ਉਹਨੂੰ ਸਪਸ਼ਟ ਜਵਾਬ ਦੇ ਦਿੱਤਾ ਅਤੇ ਕੁਰਸੀ ਤੋਂ ਉੱਠ ਖਲੋਤਾ। ਬਰਾੜਾ ਯਾਰ, ਬਰਾੜ ਹੋ ਕੇ ਨਾ ਐਵੇਂ ਮੋਕ ਮਾਰਿਆ ਕਰ, ਜੁਆਇਨ ਇਹਨੂੰ ਕਰਵਾਉਣਾ ਤਾਂ ਕਰਵਾ ਲੈ, ਪਰ ਜੇ ਸੀਨੀਅਰ ਹੋਇਆ ਤਾਂ ਆਪਾਂ ਇਹਨੂੰ ਮੁਖੀ ਨਹੀਂ ਬਣਨ ਦੇਣਾ, ਭਾਵੇਂ ਕੁਛ ਵੀ ਕਰਨਾ ਪੈ ਜਾਏ, ਜੇ ਤੂੰ ਨਾ ਕੁਝ ਕੀਤਾ ਤਾਂ ਮੈਂ ਕਰੂੰ, ਮੈਂ ਉਈਂ ਡਰਾ ਦੂੰ ਇਹਨੂੰ ਸਾਲੇ ਸਿੱਧਰੇ ਜੇ ਨੂੰ। ਗਿੱਲ ਨੇ ਇੱਕ ਤਰ੍ਹਾਂ ਨਾਲ ਆਪਣਾ ਫੈਸਲਾ ਸੁਣਾ ਦਿੱਤਾ ਸੀ। ਮੈਂ ਦਫ਼ਤਰ ਨੂੰ ਤੁਰ ਪਿਆ ਅਤੇ ਵੱਡੀ ਟਾਹਲੀ ਹੇਠਾਂ ਹੀ ਕੁਰਸੀ 'ਤੇ ਜਾ ਬੈਠਾ। ਦਫ਼ਤਰ ਆ ਕੇ ਮੈਂ ਚਰਨਦਾਸ ਨੂੰ ਹਾਜ਼ਰ ਕਰਾਉਣ ਦੀ ਅਤੇ ਰਾਜੀਵ ਕੁਮਾਰ ਨੂੰ ਫਾਰਗ ਕਰਨ ਦੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਫਾਰਗੀ ਚਿੱਟ ਰਾਜੀਵ ਦੇ ਹੱਥ ਫੜਾਉਂਦੇ ਹੋਏ ਕਿਹਾ, ਲੈ ਵੀ ਮਿੱਤਰਾ ਜਾ ਆਪਣੇ ਨਵੇਂ ਸਕੂਲ। ਆਪਣਾ ਤਾਂ ਇੰਨਾ ਕੋਈ ਸਾਥ ਸੀ, ਪਰ ਰਾਜੀਵ ਕੁਮਾਰ ਖੁਸ਼ ਸੀ। ਇੱਕ ਤਾਂ ਉਹਨੂੰ ਪੁਰਾਣਾ ਹਾਈ ਸਕੂਲ ਮਿਲ ਗਿਆ ਸੀ ਅਤੇ ਦੂਜਾ ਸਕੂਲ ਉਹਦੇ ਸ਼ਹਿਰ ਤੋਂ ਕੁਝ ਕਿਲੋਮੀਟਰ ਨੇੜੇ ਵੀ ਸੀ। ਸੇਵਾਦਾਰ ਦੁਪਹਿਰ ਦੀ ਚਾਹ 'ਤੇ 3.5 ਕੱਪ ਟਰੇ 'ਤੇ ਰੱਖ ਲਿਆ। ਚਾਹ ਪੀ ਕੇ ਮੈਂ ਚਰਨਦਾਸ ਨੂੰ ਸਕੂਲ ਵਿਖਾਉਣ ਲੱਗ ਪਿਆ। ਆਹ ਹੈ ਆਪਣੀ ਕਰਮ ਭੂਮੀ। ਦਫ਼ਤਰੋਂ ਬਾਹਰ ਆ ਕੇ ਮੈਂ ਸਕੂਲ ਦੀ ਛੋਟੀ ਜਿਹੀ ਇਮਾਰਤ ਵੱਲ ਇਸ਼ਾਰਾ ਕਰਦੇ ਹੱਸਦੇ ਹੋਏ ਕਿਹਾ, 20x15 ਫੁੱਟ ਦੇ 3 ਕਮਰੇ, ਉਹਨਾਂ ਮੂਹਰੇ 8-9 ਕੁ ਫੁੱਟ ਚੌੜਾ ਵਰਾਂਡਾ ਅਤੇ ਵਰਾਂਡੇ ਵਿੱਚ 9x9 ਦਾ ਛੋਟਾ ਜਿਹਾ ਦਫ਼ਤਰ। ਦਫ਼ਤਰ ਦੇ ਨਾਲ ਦੇ ਕਮਰੇ 'ਚ ਸਾਇੰਸ ਦਾ ਸਮਾਨ ਰੱਖ ਕੇ ਪ੍ਰਯੋਗਸ਼ਾਲਾ ਦਾ ਨਾਮ ਦਿੱਤਾ ਗਿਆ ਸੀ, ਜਿਸ 'ਚ ਸਾਇੰਸ ਦੇ ਪ੍ਰਯੋਗਾਂ ਤੋਂ ਬਿਨਾਂ ਚਾਹ ਬਣਾਉਣਾ, ਰੋਟੀਆਂ ਆਦਿ ਗਰਮ ਕਰਨ ਦੇ ਪ੍ਰਯੋਗ ਵੀ ਕਰ ਲਏ ਜਾਂਦੇ ਸਨ। ਇਸ ਇਮਾਰਤ ਦੇ ਨਾਲ ਹੀ ਸੱਜੇ ਹੱਥ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਸੀ। 6 ਕੁ ਸਾਲ ਪਹਿਲਾਂ ਪ੍ਰਾਇਮਰੀ ਸਕੂਲ ਅਪਗ੍ਰੇਡ ਹੋ ਕੇ ਮਿਡਲ ਬਣ ਗਿਆ ਸੀ। ਪਿੰਡ ਦੀ ਪੰਚਾਇਤ ਨੇ ਮਿਡਲ ਸਕੂਲ ਦੀ ਨਵੀਂ ਇਮਾਰਤ ਬਣਾ ਦਿੱਤੀ ਸੀ ਅਤੇ ਵਿਚਕਾਰ ਛੋਟੀ ਛੋਟੀ ਕੰਧ ਕਰਤੀ। ਇਮਾਰਤ ਦੇ ਮੂਹਰੇ ਛੋਟਾ ਜਿਹਾ ਖੇਡ ਦਾ ਮੈਦਾਨ ਸੀ। ਸਕੂਲ ਦੀ ਇਮਾਰਤ ਦੇ ਅੱਗੇ ਅਤੇ ਪਿੱਛੇ ਟਾਹਲੀਆਂ ਦੇ ਵੱਡੇ ਵੱਡੇ ਦਰਖਤ ਸਨ। 6ਵੀਂ 7ਵੀਂ ਅਤੇ 8ਵੀਂ ਜਮਾਤ ਮਿਡਲ ਸਕੂਲ ਵਿੱਚ ਆ ਗਈ ਸੀ ਅਤੇ ਇਹਨਾਂ ਤਿੰਨਾਂ ਜਮਾਤਾਂ ਦੇ ਬੱਚਿਆਂ ਦੀ ਗਿਣਤੀ 60-65 ਦੇ ਵਿਚਕਾਰ ਹੀ ਰਹਿੰਦੀ ਸੀ। ਗੇੜਾ ਦੇ ਕੇ ਅਸੀਂ ਫਿਰ ਦਫ਼ਤਰ 'ਚ ਆ ਬੈਠੇ ਅਤੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਸਾਰੀ ਛੁੱਟੀ ਦਾ ਸਮਾਂ ਹੋ ਰਿਹਾ ਸੀ। ਸੇਵਾਦਾਰ ਨੇ ਸਾਰੀ ਛੁੱਟੀ ਦੀ ਘੰਟੀ ਮਾਰ ਦਿੱਤੀ ਸੀ ਅਤੇ ਦੋਵੇਂ ਅਧਿਆਪਕਾਵਾਂ ਨੇ ਆ ਕੇ ਖੜੀਆਂ ਖੜੋਤੀਆਂ ਨੇ ਹਾਜ਼ਰੀ ਲਾਈ ਅਤੇ ਆਪੋ ਆਪਣੇ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਲੈਣ ਲਈ ਪਿੰਡ ਦੇ ਅੱਡੇ ਵੱਲ ਤੁਰ ਪਈਆਂ ਜੋ ਨੇੜੇ ਹੀ ਸੀ। ਨਵੇਂ ਆਏ ਸਾਥੀ ਨੇ ਵੀ ਆਪਣੀ ਹਾਜ਼ਰੀ ਲਾਈ ਅਤੇ ਅਗਲੇ ਦਿਨ ਦੀ ਛੁੱਟੀ ਦੇ ਕੇ ਚਲਾ ਗਿਆ। ਗਿੱਲ ਨੇ ਆ ਕੇ ਹਾਜ਼ਰੀ ਲਾਈ ਅਤੇ ਜਾਣ ਦੀ ਬਜਾਏ ਕੁਰਸੀ 'ਤੇ ਬੈਠਾ ਰਿਹਾ ਅਤੇ ਕੁਝ ਚਿਰ ਰੁੱਕ ਕੇ ਬੋਲਿਆ, ਬਰਾੜਾ ਬੰਦਾ ਤਾਂ ਰਿਜ਼ਰਵ ਦਾ ਹੀ ਲੱਗਦਾ, ਆਪਣਾ ਵਧੀਆ ਟਾਈਮ ਟੱਪੀ ਜਾਂਦਾ ਸੀ ਪਰ ਹੁਣ ਲੱਗਦਾ ਵੀ ਉਹ ਗੱਲ ਨਹੀਂ ਰਹਿਣੀ। ਜਦੋਂ ਬਲਦੇਵ ਗਿਆ ਸੀ ਤਾਂ ਤੂੰ ਆ ਗਿਆ, ਪਹਿਲਾਂ ਉਹਦੇ ਨਾਲ ਰਚਕ ਰਲਦੀ ਸੀ ਅਤੇ ਫਿਰ ਤੇਰੇ ਨਾਲ ਰਲਣ ਲੱਗੀ। ਕੋਈ ਨਹੀਂ, ਨਵੇਂ ਬੰਦੇ ਨਾਲ ਵੀ ਰਚਕ ਰਲ ਜੂਗੀ, ਮੈਂ ਹੱਸਦੇ ਹੋਏ ਕਿਹਾ। ਨਹੀਂ, ਇਹਦੇ ਨਾਲ ਨਹੀਂ ਰਲਣੀ, ਗਿੱਲ ਬੈਠਾ ਸਿਰ ਮਾਰ ਰਿਹਾ ਸੀ। ਯਾਰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਹ 20 ਕਿਲੋਮੀਟਰ ਤੋਂ ਉੱਠ ਕੇ ਇਸ ਮਿਡਲ ਸਕੂਲ 'ਚ ਕਿਉਂ ਆ ਗਿਆ। ਕਾਹਤੋਂ ਟੈਨਸ਼ਨ ਲੈਣਾ ਯਾਰ, ਸਭ ਕੁਝ ਸਪਸ਼ਟ ਹੋ ਜਾਣਾ ਇੱਕ ਦੋ ਦਿਨ 'ਚ, ਆਖੇ ਨਾਈਆ ਵਾਲ ਕਿੱਡੇ ਕਿੱਡੇ ਆ, ਤੇਰੇ ਮੂਹਰੇ ਹੀ ਆਉਣੇ ਆ, ਚੱਲ ਚੱਲੀਏ ਯਾਰ। ਮੈਂ ਆਖ ਕੇ ਕੁਰਸੀ ਤੋਂ ਉੱਠ ਖੜੋਤਾ। ਸੇਵਾਦਾਰ ਵੀ ਦੂਸਰੇ ਕਮਰਿਆਂ ਨੂੰ ਤਾਲੇ ਲਾ ਕੇ ਦਫ਼ਤਰ ਦੇ ਬਾਹਰ 'ਚ ਆਣ ਖਲੋਤਾ ਸੀ। 3 ਕੁ ਸਾਲ ਪਹਿਲਾਂ ਮੈਂ ਹੀ ਆਪਣੇ ਨਾਲ ਦੇ ਪਿੰਡ ਦੇ ਇਸ ਮਿਡਲ ਸਕੂਲ 'ਚ ਬਤੌਰ ਸਾਇੰਸ ਮਾਸਟਰ ਜੁਆਇਨ ਕੀਤਾ ਸੀ ਅਤੇ ਮੇਰੀ ਇਸ ਸਕੂਲ 'ਚ ਪਹਿਲੀ ਨਿਯੁਕਤੀ ਸੀ। ਸਕੂਲ ਦੀਆਂ 3 ਕਲਾਸਾਂ ਨੂੰ ਪੜ੍ਹਾਉਣ ਲਈ ਮਾਸਟਰ ਕੇਡਰ ਦੀਆਂ 2 ਅਤੇ ਕਲਾਸੀਕਲ ਦੀਆਂ 3 ਪੋਸਟਾਂ ਸਨ। SS ਮਾਸਟਰ ਬਲਦੇਵ ਸਿੰਘ ਮਾਨ ਸਕੂਲ ਦਾ ਮੁਖੀ ਸੀ ਅਤੇ ਦੂਜੇ ਨੰਬਰ 'ਤੇ ਹੋ ਗਿਆ ਸੀ। ਬੜਾ ਹੀ ਵਧੀਆ ਮਾਹੌਲ ਸੀ, ਜਦੋਂ ਜੀ ਕੀਤਾ ਕਲਾਸਾਂ ਲਾ ਲਈਆਂ ਅਤੇ ਜਦੋਂ ਜੀ ਕੀਤਾ ਗੱਲਾਂ ਮਾਰਨ ਬੈਠ ਜਾਂਦੇ। ਸਮੇਂ 'ਤੇ ਆਉਣ ਹੋਣ ਦਾ ਵੀ ਕੋਈ ਚੱਕਰ ਨਹੀਂ ਸੀ, ਫਰਲੋ ਵੀ ਵੱਜ ਜਾਂਦੀ ਸੀ, ਪਰ ਬਿਨਾਂ ਕੰਮ ਤੋਂ ਨਾ ਕੋਈ ਫਰਲੋ ਮਾਰਦਾ ਸੀ ਨਾ ਕੋਈ ਲੇਟ ਹੁੰਦਾ ਸੀ। ਪੜ੍ਹਾਈ ਸਾਰੇ ਵਧੀਆ ਕਰਵਾਉਂਦੇ, ਬੱਚੇ ਖੁਸ਼ ਸੀ, ਪਿੰਡ ਵਾਲੇ ਵੀ ਖੁਸ਼ ਸੀ, ਪਰ ਬਲਦੇਵ ਸਿੰਘ ਮੁੱਖ ਅਧਿਆਪਕ ਖੁਸ਼ ਨਹੀਂ ਸੀ। ਉਹਨੂੰ ਰੋਜ਼ਾਨਾ 15 ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਪਹੁੰਚਣਾ ਪੈਂਦਾ ਸੀ। ਪਿਛਲੇ ਸਾਲ ਉਹਨੇ ਬਦਲੀ ਆਪਣੇ ਨੇੜਲੇ ਪਿੰਡ ਦੀ ਕਰਵਾ ਲਈ ਸੀ ਅਤੇ ਉਸਦੀ ਥਾਂ 'ਤੇ 89 ਡੇਜ਼ 'ਤੇ ਕੰਮ ਕਰਨ ਵਾਲਾ ਰਾਜੀਵ ਕੁਮਾਰ ਆ ਗਿਆ ਸੀ। ਮੈਂ ਸਕੂਲ ਦਾ ਮੁਖੀ ਬਣ ਗਿਆ ਸੀ, ਸਾਰਾ ਸਟਾਫ ਖੁਸ਼ ਸੀ, ਸਾਰਾ ਕੰਮ ਪਹਿਲਾਂ ਵਾਂਗ ਹੀ ਚੱਲਣ ਲੱਗਿਆ। ਰਾਜੀਵ ਕੁਮਾਰ ਵੀ ਸਾਡੇ 'ਚ ਰਚ ਮਿਚ ਗਿਆ ਸੀ।
ਗਿੱਲ ਦੇ ਰਸਤੇ 'ਚ ਇੱਕ ਕਸਬਾ ਨੁਮਾ ਪਿੰਡ ਆਉਂਦਾ ਸੀ ਜਿਹਦੇ ਬੱਸ ਅੱਡੇ ਦੇ ਦੋਵੇਂ ਪਾਸੇ ਸ਼ਹਿਰ ਵਾਂਗ ਕਈ ਦੁਕਾਨਾਂ ਖੁੱਲੀਆਂ ਹੋਈਆਂ ਸਨ। ਇਸ ਕਸਬੇ 'ਚ ਤਿੰਨ ਪਾਸਿਆਂ ਤੋਂ ਬੱਸਾਂ ਆਉਂਦੀਆਂ ਸੀ। ਇਸ ਕਸਬੇ ਦੇ ਅੱਡੇ ਤੋਂ ਉਤਰ ਕੇ ਆਸੇ ਪਾਸੇ ਦੇ 8-10 ਸਕੂਲਾਂ ਦੇ ਮਾਸਟਰ ਆਪਣੇ ਸਕੂਲਾਂ ਨੂੰ ਜਾਣ ਲਈ ਸਾਈਕਲ ਚੁੱਕਦੇ ਸਨ ਅਤੇ ਵਾਪਸੀ ਸਮੇਂ ਕਈ ਪੀਣ ਦੇ ਸ਼ੌਕੀਨ ਇੱਥੇ ਅੱਡੇ ਦੇ ਨੇੜਲੇ ਹਾਤੇ 'ਚ ਪੀਣ ਵੀ ਬੈਠ ਜਾਂਦੇ ਸੀ। ਆਸੇ ਪਾਸੇ ਦੇ ਸਕੂਲਾਂ ਦੀਆਂ ਗਤੀਵਿਧੀਆਂ ਅਤੇ DO ਦਫ਼ਤਰ ਦੀਆਂ ਸਭ ਖ਼ਬਰਾਂ ਇੱਥੇ ਹੀ ਮਿਲ ਜਾਂਦੀਆਂ ਸੀ ਅਤੇ ਅਗਲੇ ਦਿਨ ਗਿੱਲ ਚਰਨਦਾਸ ਬਾਰੇ ਬਹੁਤ ਸਾਰਾ ਮਸਾਲਾ ਲੈ ਕੇ ਸਕੂਲ 'ਚ ਹਾਜ਼ਰ ਸੀ। ਉਹਦਾ ਅੰਦਾਜ਼ਾ ਸਹੀ ਸੀ। ਚਰਨਦਾਸ ਰਾਮਦਾਸੀਆ ਬਰਾਦਰੀ 'ਚੋਂ ਸੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਸੀ। ਪਿਛਲੇ 3 ਕੁ ਸਾਲ ਤੋਂ ਹੀ ਉਹ ਸਰਕਾਰੀ ਸੇਵਾ 'ਚ ਆਇਆ ਸੀ, ਉਸੇ ਸਕੂਲ 'ਚ ਟਿਕਿਆ ਹੋਇਆ ਸੀ, ਪਰ ਉਸ ਸਕੂਲ 'ਚ ਉਸ ਨਾਲ ਬਹੁਤਾ ਹੀ ਦੁਰਵਿਹਾਰ ਹੁੰਦਾ ਸੀ। ਸਾਰਾ ਸਟਾਫ ਹੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਸਕੂਲ ਵਿੱਚ ਉਹਦਾ ਸਟੇਟਸ ਦਰਜਾ 4 ਕਰਮਚਾਰੀ ਤੋਂ ਵੀ ਮਾੜਾ ਸੀ। ਹੋਰ ਤਾਂ ਹੋਰ ਵਿਦਿਆਰਥੀ ਵੀ ਉਹਦੀ ਘੱਟ ਹੀ ਪਰਵਾਹ ਕਰਦੇ ਸੀ। 10ਵੀਂ ਵਾਲੇ ਮੁੰਡੇ ਤਾਂ ਉਹਦੇ ਮੂਹਰੇ ਵੀ ਬੋਲ ਜਾਂਦੇ ਸੀ। ਸਕੂਲ ਦਾ ਬ੍ਰਾਹਮਣ ਹੈੱਡ ਮਾਸਟਰ ਇਸ ਸਾਰੇ ਡਰਾਮੇ ਨੂੰ ਚੁੱਪ ਚੁਪੀਤਾ ਵੇਖਦਾ ਰਹਿੰਦਾ ਸੀ ਅਤੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਹੀ ਸਾਰੀ ਸ਼ਰਾਰਤ ਦੀ ਜੜ੍ਹ ਹੋਵੇ। ਉਹਨੂੰ ਸਭ ਅਧਿਆਪਕਾਂ ਤੋਂ ਵੱਧ ਪੀਰੀਅਡ ਦਿੱਤੇ ਜਾਂਦੇ ਸੀ ਅਤੇ ਜਦੋਂ ਕੋਈ ਅਧਿਆਪਕ ਛੁੱਟੀ 'ਤੇ ਜਾਂਦਾ ਤਾਂ ਉਹਦੇ ਪੀਰੀਅਡ ਹੀ ਐਡਜਸਟ ਕੀਤੇ ਜਾਂਦੇ ਸੀ। ਇੰਨੀਆਂ ਜਾਣਕਾਰੀਆਂ ਪ੍ਰਾਪਤ ਕਰਕੇ ਗਿੱਲ ਪੂਰਾ ਖੁਸ਼ ਸੀ ਅਤੇ ਉਹਨੂੰ ਉਮੀਦ ਸੀ ਕਿ ਜੇ ਸਰਵਿਸ ਵਿੱਚ ਉਹ ਮੇਰੇ ਤੋਂ ਕੁਝ ਮਹੀਨੇ ਸੀਨੀਅਰ ਵੀ ਹੋਇਆ ਤਾਂ ਉਹ ਸਕੂਲ ਦਾ ਮੁੱਖ ਅਧਿਆਪਕ ਨਹੀਂ ਬਣੇਗਾ। ਲੈ ਵੀ ਬਰਾੜਾ, ਇਹ ਤਾਂ ਆ ਗਿਆ ਹੈ ਪਰ ਸਕੂਲ ਦਾ ਮੁਖੀ ਤੂੰ ਹੀ ਰਹੇਗਾ, ਇਹਨੂੰ ਆਪਾਂ ਸਿਰ 'ਤੇ ਨਹੀਂ ਬੈਠਣ ਦੇਣਾ, ਗਿੱਲ ਨੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਕਿਹਾ। ਵੇਖੋ ਕੀ ਬਣਦਾ, ਮੈਂ ਕਿਹਾ ਅਤੇ ਆਪਣੀ ਕਲਾਸ 'ਚ ਚਲਾ ਗਿਆ। ਗਿੱਲ ਆਪਣੀ ਨਵੀਂ ਇਕੱਤਰ ਕੀਤੀ ਜਾਣਕਾਰੀ ਫਿਰ ਦੋਨੋਂ ਮੈਡਮਾਂ ਕੋਲ ਜਾ ਕੇ ਸਾਂਝੀ ਕਰਨ ਲੱਗ ਪਿਆ। ਅਗਲੇ ਦਿਨ ਚਰਨ ਦਾ ਸਕੂਲ 'ਚ ਸਮੇਂ ਸਿਰ ਹਾਜ਼ਰ ਹੋ ਗਿਆ ਸੀ। ਉਹ ਸਾਈਕਲ 'ਤੇ ਹੀ ਆਇਆ ਸੀ, ਉਹਨੂੰ ਰਾਜੀਵ ਕੁਮਾਰ ਵਾਲਾ ਟਾਈਮ ਟੇਬਲ ਹੀ ਦੇ ਦਿੱਤਾ ਗਿਆ ਸੀ। ਮੈਂ ਉਹਦੀ ਸਰਕਾਰੀ ਸੇਵਾ 'ਚ ਆਉਣ ਦੀ ਮਿਤੀ ਪਤਾ ਕੀਤੀ ਅਤੇ ਉਹ ਮੇਰੇ ਤੋਂ ਕੁਝ ਮਹੀਨੇ ਸੀਨੀਅਰ ਹੀ ਸੀ। ਸਰਵਿਸ ਦੇ ਹਿਸਾਬ ਨਾਲ ਤਾਂ ਚਰਨ ਦਾਸ ਤੂੰ ਇਸ ਸਕੂਲ ਦਾ ਮੁਖੀ ਬਣਨਾ, ਵੇਖ ਲਾ ਜੇ ਇਸ ਕੁਰਸੀ 'ਤੇ ਆਉਣਾ ਹੈ ਤਾਂ ਮੈਂ ਛੱਡ ਦਿੰਦਾ, ਹੱਸਦੇ ਹੋਏ ਮੈਂ ਉਹਨੂੰ ਕਿਹਾ। ਨਹੀਂ ਤੁਸੀਂ ਚਲਾਈ ਚੱਲੋ ਕੰਮ, ਉਹਨੇ ਕੁਛ ਲਾਪਰਵਾਹੀ ਨਾਲ ਕਿਹਾ। ਮੈਂ ਉਹਨੂੰ ਤੂੰ ਕਹਿ ਕੇ ਬੁਲਾ ਰਿਹਾ ਸੀ ਪਰ ਉਹ ਮੈਨੂੰ ਤੁਸੀਂ ਕਹਿ ਰਿਹਾ ਸੀ। ਟਾਈਮ ਟੇਬਲ ਵਾਲੀ ਪਰਚੀ ਜੇਬ 'ਚ ਪਾ ਕੇ ਉਹ ਪੀਰੀਅਡ ਲਾਉਣ ਚਲਾ ਗਿਆ ਤਾਂ ਗਿੱਲ ਮੇਰੇ ਕੋਲ ਆ ਬੈਠਾ। ਮੈਂ ਉਸ ਨਾਲ ਕੋਈ ਸਾਰੀ ਗੱਲਬਾਤ ਉਹਨੂੰ ਦੱਸ ਦਿੱਤੀ। ਕਿਉਂ, ਤੈਨੂੰ ਕਿਹਾ ਸੀ ਨਾ ਉਹ ਦੱਬੂ ਜਿਹਾ ਬੰਦਾ, ਮੁਖੀ ਦਾ ਕੰਮ ਨਹੀਂ ਇਹਨੇ ਸੰਭਾਲ ਸਕਣਾ। ਗਿੱਲ ਠਾਕਾ ਮਾਰ ਕੇ ਹੱਸਿਆ ਅਤੇ ਫਿਰ ਮੁੱਛਾਂ ਨੂੰ ਵੱਟ ਦੇਣ ਲੱਗ ਪਿਆ। ਆਓ ਗਿੱਲ ਸਾਹਿਬ, ਆਪਾਂ ਕੁਝ ਡਾਕ ਤਿਆਰ ਕਰ ਲਈਏ। ਇਹ ਕਹਿ ਕੇ ਮੈਂ ਆਪਣੇ ਸੱਜੇ ਹੱਥ ਪਈ ਛੋਟੀ ਜਿਹੀ ਲੋਹੇ ਦੀ ਬੈਠੇ ਨਹੀਂ ਅਲਮਾਰੀ ਖੋਲ੍ਹ ਲਈ ਅਤੇ ਫਿਰ ਵਿੱਚ ਡਾਕ ਦਾ ਪਲੰਦਾ ਕੱਢ ਲਿਆ। ਗਿੱਲ ਦੀ ਲਿਖਾਈ ਬਹੁਤ ਸੋਹਣੀ ਸੀ ਅਤੇ ਪਰਫੋਰਮੇ ਵੀ ਉਹ ਬਹੁਤ ਵਧੀਆ ਤਿਆਰ ਕਰਦਾ। ਡਰਾਇੰਗ ਮਾਸਟਰ ਹੋਣ ਕਾਰਨ ਉਹ ਸਿੱਧੀਆਂ ਲਕੀਰਾਂ ਮਾਰਦਾ ਅਤੇ ਸਾਰਾ ਕੰਮ ਬੜੀ ਦਿਲਚਸਪੀ ਨਾਲ ਕਰਦਾ। ਮਿਡਲ ਅਤੇ ਪ੍ਰਾਇਮਰੀ ਸਕੂਲਾਂ 'ਚ ਕਲਰਕ ਨਹੀਂ ਹੁੰਦੇ ਅਤੇ ਸਾਰਾ ਡਾਕ ਦਾ ਕੰਮ ਅਧਿਆਪਕਾਂ ਨੂੰ ਹੀ ਕਰਨਾ ਪੈਂਦਾ। ਡਾਕ ਤਿਆਰ ਕਰਨ 'ਚ ਮੈਂ ਹਮੇਸ਼ਾ ਹੀ ਗਿੱਲ ਦੀ ਮਦਦ ਲੈਂਦਾ। ਡਾਕ ਤਿਆਰ ਕਰਦੇ ਸਮੇਂ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਵੀ ਕਰੀ ਜਾਂਦੇ। ਪੀਰੀਅਡ ਲਾ ਕੇ ਆਇਆ ਚਰਨਦਾਸ ਸਾਨੂੰ ਡਾਕ ਤਿਆਰ ਕਰਦੇ ਵੇਖ ਕੇ ਮੁੜ ਗਿਆ ਅਤੇ ਬਾਹਰ ਟਾਹਲੀ ਥੱਲੇ ਕੁਰਸੀ 'ਤੇ ਬੈਠ ਕੇ ਅਖਬਾਰ ਪੜ੍ਹਨ ਲੱਗ ਪਿਆ। ਅਗਲੇ ਦਿਨ ਗਿੱਲ ਛੁੱਟੀ 'ਤੇ ਸੀ, ਚਰਨਦਾਸ ਖੁਸ਼ ਸੀ, ਪੀਰੀਅਡ ਲਾ ਕੇ ਉਹ ਮੇਰੇ ਕੋਲ ਦਫ਼ਤਰ 'ਚ ਆ ਬੈਠਾ। ਮੈਨੂੰ ਵੀ ਅੱਜ ਉਹ ਭਲਾ ਨੌਜਵਾਨ ਜਾਪਿਆ। ਬਰਾੜ ਸਾਹਿਬ, ਮੈਨੂੰ ਤਾਂ ਯਾਰ ਗਿੱਲ ਸਾਹਿਬ ਤੋਂ ਡਰ ਹੀ ਆਈ ਜਾਂਦਾ। ਪਹਿਲੇ ਸਕੂਲ 'ਚ ਵੀ ਸੀ ਇੱਕ ਸੁਖਦੇਵ ਸੰਧੂ, ਉਹ ਵੀ ਮੈਨੂੰ ਵੇਖ ਕੇ ਹੀ ਮੁੱਛਾਂ ਹੀ ਮਰੋੜੀ ਜਾਂਦਾ ਸੀ। ਮੇਰੇ ਵੱਲ ਕੁਰਸੀ ਖਿੱਚ ਕੇ ਉਹਨੇ ਹੌਲੀ ਜਿਹੀ ਕਿਹਾ ਜਿਵੇਂ ਬੜੀ ਭੇਦ ਦੀ ਗੱਲ ਦੱਸ ਰਿਹਾ ਹੋਵੇ। ਚਰਨਦਾਸ, ਗਿੱਲ ਤੋਂ ਨਾ ਡਰਿਆ ਕਰ, ਉਹਦਾ ਅੱਗਾ ਹੀ ਸ਼ੇਰ ਦਾ ਹੈ, ਪਿੱਛਾ ਤਾਂ ਉਹਦਾ ਗਊ ਦਾ ਹੈ, ਉਹਦੀਆਂ ਤਾਂ ਅੱਖਾਂ ਉਂਝ ਹੀ ਲਾਲ ਰਹਿੰਦੀਆਂ। ਬਾਕੀ ਸਾਨੂੰ ਜੱਟਾਂ ਨੂੰ ਆਦਤ ਹੁੰਦੀ ਹੈ ਵੀ ਊਂ ਹੀ ਮੱਛਾਂ ਮਰੋੜੀ ਜਾਂਦੇ ਰਹਿਣਾ। ਮੈਂ ਤਾਂ ਖੈਰ ਕਲੀਨ ਸ਼ੇਵ ਹਾਂ, ਨਹੀਂ ਤਾਂ ਮੇਰਾ ਵੀ ਇੱਕ ਹੱਥ ਮੁੱਛ 'ਤੇ ਹੀ ਹੋਣਾ ਸੀ। ਹੱਸਦੇ ਹੋਏ ਮੈਂ ਉਹਨੂੰ ਜੱਟਾਂ ਦੀ ਖਾਸੀਅਤ ਦੱਸੀ ਅਤੇ ਫਿਰ ਉਹ ਆਪਣੇ ਪਿਛਲੇ ਸਕੂਲ ਦੇ ਦੁੱਖੜੇ ਰੋਣ ਲੱਗ ਪਿਆ। ਬਰਾੜ ਸਾਹਿਬ, ਉਸ ਸਕੂਲ 'ਚ ਭਾਵੇਂ ਮੈਂ ਇੱਕ ਟੀਚਰ ਸੀ ਪਰ ਮੇਰੀ ਹਾਲਤ ਤਾਂ ਸਵੀਪਰ ਤੋਂ ਵੀ ਮਾੜੀ ਕੀਤੀ ਹੋਈ ਸੀ। ਯਾਰ, ਜੇ ਸਾਡੀ ਜਾਤ ਨੀਵੀਂ ਹੈ ਫਿਰ ਕੀ ਹੋਇਆ, ਅਕਸਰ ਤਾਂ ਅਸੀਂ ਵੀ ਮਨੁੱਖ ਹਾਂ, ਪੜ੍ਹੇ ਲਿਖੇ ਹਾਂ, ਸਾਡੇ ਦੁਆਬੇ 'ਚ ਤਾਂ ਸਾਨੂੰ ਇੰਨੀ ਨਫ਼ਰਤ ਨਹੀਂ ਕੀਤੀ ਜਾਂਦੀ, ਆ ਤੁਹਾਡੇ ਮਾਲਵੇ 'ਚ ਤਾਂ ਹੱਦ ਹੀ ਹੋਈ ਪਈ ਹੈ। ਉਸ ਸਕੂਲ 'ਚ ਮੈਂ ਦੁਖੀ ਹੋ ਕੇ ਹੀ ਬਦਲੀ ਕਰਵਾ ਕੇ ਆਇਆ, ਕਿਤੇ ਇੱਥੇ ਵੀ ਮੇਰੇ ਨਾਲ ਉਹੋ ਜਿਹਾ ਸਲੂਕ ਨਾ ਹੋਣ ਲੱਗ ਪਵੇ। ਉਹ ਰੋਣ ਹਾਕਾ ਹੋ ਕੇ ਚੱਲਿਆ ਸੀ, ਉਹ ਰੋਣ ਹਾਕਾ ਹੋ ਚੱਲਿਆ ਸੀ। ਚਰਨਦਾਸ, ਮੈਨੂੰ ਸਭ ਪਤਾ ਹੈ ਅਤੇ ਮੈਨੂੰ ਤੇਰੇ ਨਾਲ ਹਮਦਰਦੀ ਵੀ ਹੈ। ਮੈਂ ਵੀ ਨਹੀਂ ਚਾਹੁੰਦਾ ਕਿ ਤੇਰੇ ਨਾਲ ਪਿਛਲੇ ਸਕੂਲ ਵਾਲਾ ਵਿਹਾਰ ਹੋਵੇ,
मैं तो तेरे नाल आप ही ये गल्लां करनियां चाहुंदा सी। जे तू मेरे सुझावां ते अमल कर लएगा तां तैनूं पूरा माण सत्कार मिल सकदा है। मैं उहदा प्रतिकरम जानण लई उहदे चेहरे वल वेख्या, उह बड़ी हैरानी ते उत्सुकता नाल मेरी गल सुण रिहा सी ते होर जानण लई उतावला सी। अपनी इज्जत करवाउणा बंदे दे अपने वस च ही हुंदा है। सब तों पहली गल, तुहाडे कपड़े वेख के ही पहला प्रभाव बण गए। कदे भी मैले कपड़े जां जुत्ती जुराब ना पाओ। हुण तुसीं बाहरों तां चंगे बण गए हो, हुण अंदरों भी चंगे बणो। अंदरों चंगे बनन वास्ते कुछ मेहनत करनी पैंदी है। तुहाडे विद्यार्थी तुहाडी तां ही इज्जत करनगे जे तुसीं उहनां नूं पढ़ाउण समय इंसाफ करोगे। ਇਹ ਇਨਸਾਫ ਤਾਂ ਹੀ ਹੋਏਗਾ ਜੇ ਸਾਡੇ ਕੋਲ ਸਿਲੇਬਸ ਦੇ ਸਿਵਾ ਹੋਰ ਵੀ ਬਹੁਤ ਕੁਝ ਹੋਵੇ ਦੱਸਣ ਲਈ। ਇਸ ਲਈ ਸਾਨੂੰ ਆਪ ਨੂੰ ਲਗਾਤਾਰ ਪੜ੍ਹਦੇ ਰਹਿਣਾ ਚਾਹੀਦਾ ਹੈ। ਜਾਤੀ ਵਾਲਾ ਮਸਲਾ ਕੋਈ ਬਾਹਲਾ ਵੱਡਾ ਨਹੀਂ, ਜਾਤੀ ਵਾਲਾ ਮਸਲਾ ਹੀ ਵੱਡਾ ਮਸਲਾ ਹੈ। ਪਹਿਲਾਂ ਮੈਂ ਹਰੀਜਨਾਂ ਦੇ ਵਿਹੜੇ 'ਚ ਰਹਿ ਕੇ ਗਲਤੀ ਕਰ ਚੁੱਕਾ, ਪਰ ਹੁਣ ਨਹੀਂ ਕਰਦਾ। ਤੁਸੀਂ ਮੈਨੂੰ ਇੱਥੇ ਜੱਟਾਂ ਦੇ ਘਰਾਂ 'ਚ ਕੋਈ ਮਕਾਨ ਭਾਲ ਕੇ ਦਿਓ, ਉਹਨੇ ਮੇਰੀ ਗੱਲ ਟੋਕ ਕੇ ਕਿਹਾ। ਇਹਦੀ ਤੂੰ ਚਿੰਤਾ ਨਾ ਕਰ, ਮੈਂ ਉਹਨੂੰ ਵਿਸ਼ਵਾਸ ਦਵਾਇਆ। ਇਸ ਪਿੰਡ ਦੇ ਮਹਾਜਨਾਂ ਦੇ ਇੱਕ ਘਰ ਨੇ ਆਪਣਾ ਕਾਰੋਬਾਰ ਸ਼ਹਿਰ ਜਾ ਕੇ ਕਰ ਲਿਆ ਸੀ ਅਤੇ ਉਹਨਾਂ ਦਾ ਛੋਟਾ ਜਿਹਾ ਮਕਾਨ ਖਾਲੀ ਪਿਆ ਸੀ। ਮਾਮੂਲੀ ਜਿਹੇ ਕਿਰਾਏ 'ਤੇ ਚਰਨਦਾਸ ਨੂੰ ਉਹ ਘਰ ਮਿਲ ਗਿਆ। ਉਹ ਆਪਣੇ ਛੋਟੇ ਜਿਹੇ ਪਰਿਵਾਰ 'ਤੇ ਥੋੜ੍ਹੇ ਜਿਹੇ ਸਮਾਨ ਨਾਲ ਇਸ ਨਵੇਂ ਘਰ ਆ ਕੇ ਰਹਿਣ ਲੱਗ ਪਿਆ। ਉਹ ਸਵੇਰੇ ਸਾਡੇ ਸਾਰਿਆਂ ਤੋਂ ਪਹਿਲਾਂ ਹੀ ਸਕੂਲ ਆ ਬੈਠਦਾ। ਮੇਰੇ ਸੁਝਾਵਾਂ 'ਤੇ ਅਮਲ ਕਰਦਿਆਂ ਉਹਨੇ 2-3 ਨਵੀਆਂ ਪੈਂਟਾਂ ਕਮੀਜ਼ਾਂ ਵੀ ਬਣਵਾ ਲਈਆਂ। ਹੱਥ 'ਚ ਕੋਈ ਨਾ ਕੋਈ ਕਿਤਾਬ ਰੱਖਣ ਲੱਗ ਪਿਆ ਸੀ। ਜੇ ਉਹ ਸਕੂਲ ਦੀ ਇੱਕ ਅਲਮਾਰੀ ਵਾਲੀ ਲਾਇਬ੍ਰੇਰੀ ਵਿੱਚੋਂ ਕਢਵਾ ਲੈਂਦਾ ਸੀ। ਸਕੂਲ 'ਚ ਪੰਜਾਬੀ ਦਾ ਇੱਕ ਅਖਬਾਰ ਹੀ ਆਉਂਦਾ ਸੀ ਅਤੇ ਉਹ ਬਹੁਤ ਸਮਾਂ ਉਹਦੇ ਹੱਥ 'ਚ ਰਹਿਣ ਲੱਗ ਪਿਆ ਸੀ। ਪਿਛਲੇ ਸਕੂਲ 'ਚ ਤਾਂ ਕਦੇ ਕਿਸੇ ਨੇ ਉਹਦੇ ਹੱਥ 'ਚ ਅਖਬਾਰ ਛੱਡਿਆ ਹੀ ਨਹੀਂ ਸੀ। ਅੱਧੀ ਛੁੱਟੀ ਦੇ ਸਮੇਂ ਅਸੀਂ ਪਹਿਲਾਂ ਤੋਂ ਹੀ ਸਾਰਾ ਸਟਾਫ ਇਕੱਠੇ ਰੋਟੀ ਖਾਂਦੇ ਸੀ, ਪਰ ਮੇਰੇ ਕਹਿਣ ਦੇ ਬਾਵਜੂਦ ਵੀ ਉਹ ਸਾਡੇ ਨਾਲ ਰੋਟੀ ਖਾਣ ਨਹੀਂ ਸੀ ਬੈਠਾ। ਅੱਧੀ ਛੁੱਟੀ ਹੋਣ 'ਤੇ ਆਪਣੇ ਘਰ ਚਲਾ ਜਾਂਦਾ ਜਾਂ ਦਫ਼ਤਰ 'ਚ ਹੀ ਬੈਠਾ ਕੁਝ ਪੜ੍ਹਦਾ ਰਹਿੰਦਾ। 3 ਕੁ ਹਫ਼ਤਿਆਂ ਬਾਅਦ ਇੱਕ ਸਵੇਰ ਮੈਂ ਦਫ਼ਤਰ 'ਚ ਦਾਖਲ ਹੋਇਆ ਤਾਂ ਉਹ ਸਕੂਲ ਮੁਖੀ ਵਾਲੀ ਕੁਰਸੀ 'ਤੇ ਬੈਠਾ ਸੀ। ਉਹਦੇ ਨਵੀਂ ਪੈਂਟ ਕਮੀਜ਼ ਪਾਈ ਸੀ। ਮੈਨੂੰ ਉਹਦੇ ਇਸ ਵਤੀਰੇ 'ਤੇ ਹੈਰਾਨੀ ਵੀ ਹੋਈ ਅਤੇ ਦੁੱਖ ਵੀ। ਦਿਲ ਕਰ ਹੀ ਆਇਆ ਸਕੂਲ ਦਾ ਮੁਖੀ ਬਣਨ ਦਾ। ਮੈਂ ਹਾਸੇ ਅਤੇ ਵਿਅੰਗ ਦੇ ਮਿਲੇ ਜੁਲੇ ਪ੍ਰਭਾਵ ਨਾਲ ਕਿਹਾ। ਖਸਿਆਣੀ ਜੀ ਹਾਸੀ ਹੱਸਦੇ ਹੋਏ ਉਹਨੇ ਆਰਡਰ ਬੁੱਕ ਮੇਰੇ ਮੂਹਰੇ ਕਰਤੀ। ਉਹ ਆਰਡਰ ਬੁੱਕ ਉੱਪਰ ਆਰਡਰ ਵੀ ਪਹਿਲਾਂ ਹੀ ਕੱਢੀ ਬੈਠਾ ਸੀ ਕਿ ਸੀਨੀਅਰ ਹੋਣ ਦੇ ਨਾਤੇ ਮੈਂ ਅੱਜ ਤੋਂ ਸਕੂਲ ਮੁਖੀ ਦਾ ਚਾਰਜ ਸੰਭਾਲ ਲਿਆ। ਸਟਾਫ ਦੀਆਂ ਦੋਵੇਂ ਇਸਤਰੀ ਅਧਿਆਪਕਾਵਾਂ ਨੂੰ ਵੀ ਉਹਦੇ ਇਸ ਤਰ੍ਹਾਂ ਸਕੂਲ ਮੁਖੀ ਦਾ ਅਹੁਦਾ ਸੰਭਾਲ ਲੈਣਾ ਵੀ ਕਾਫੀ ਰੜਕਿਆ। ਮੇਰੇ ਕੋਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬੀ ਵਾਲੀ ਅਧਿਆਪਕਾ ਨੇ ਕਿਹਾ, ਵੀਰ ਜੀ ਇਹ ਤਾਂ ਉਹਨਾਂ ਨੇ ਬਹੁਤ ਹੀ ਮਾੜੀ ਗੱਲ ਕੀਤੀ ਹੈ। ਭਲਾਂ ਜੇ ਤੁਹਾਨੂੰ ਕਹਿ ਦਿੰਦੇ ਵੀ ਮੈਂ ਚਾਰਜ ਲੈਣਾ ਤਾਂ ਫਿਰ ਕਿਹੜਾ ਤੁਸੀਂ ਨਾ ਕਰਦੇ ਸੀ। ਮੈਂ ਤਾਂ ਨਾ ਕਰ ਹੀ ਨਹੀਂ ਸੀ ਸਕਦਾ। ਸੀਨੀਅਰ ਬੰਦੇ ਨੇ ਸਕੂਲ ਦਾ ਮੁਖੀ ਬਣਨਾ ਹੁੰਦਾ, ਮੈਂ ਨਾ ਕਿਵੇਂ ਕਰ ਸਕਦਾ ਸੀ। ਚਲੋ ਜੇ ਉਹਨੇ ਕਰ ਹੀ ਲਿਆ ਠੀਕ ਹੈ। ਮੈਂ ਕਹਿ ਕੇ ਇੱਕ ਪਾਸੇ ਬੈਠੇ ਗਿੱਲ ਕੋਲ ਜਾ ਬੈਠਾ। ਉਹ ਮੇਰੇ ਤੋਂ ਵੀ ਵੱਧ ਭਰਿਆ ਪੀਤਾ ਬੈਠਾ ਸੀ। ਲੈ ਵੀ ਬਰਾੜਾ, ਇਹਨੇ ਤਾਂ ਉਹੀ ਕਰ ਵਿਖਾਈ, ਆਪਾਂ ਇਹਨੂੰ ਹੁਣ ਸਾਥ ਨਹੀਂ ਦੇਣਾ। ਗਿੱਲ ਇਹ ਕਹਿ ਕੇ ਆਪਣੀ ਕਲਾਸ ਲਾਉਣ ਤੁਰ ਪਿਆ ਅਤੇ ਮੈਂ ਅਖਬਾਰ 'ਤੇ ਨਿਗਾਹ ਮਾਰਨ ਲੱਗ ਪਿਆ, ਪਰ ਅਖਬਾਰ ਪੜ੍ਹਨ 'ਚ ਮੇਰਾ ਮਨ ਨਾ ਲੱਗਾ। ਸਕੂਲ ਮੁਖੀ ਬਣ ਕੇ ਚਰਨਦਾਸ ਨੇ ਸਭ ਤੋਂ ਪਹਿਲਾਂ ਤਾਂ ਟਾਈਮ ਟੇਬਲ ਬਦਲਿਆ। ਆਪਣੇ ਹਫ਼ਤੇ ਦੇ 18 ਪੀਰੀਅਡ ਰੱਖ ਕੇ ਬਾਕੀ ਦੇ ਡਰਾਇੰਗ ਮਾਸਟਰ ਦੇ ਨਾਮ ਪਾ ਦਿੱਤੇ। ਗਿੱਲ ਕੋਲ ਪਹਿਲਾਂ ਸਾਰਿਆਂ ਤੋਂ ਘੱਟ ਪੀਰੀਅਡ ਸੀ, ਪਹਿਲਾਂ ਵਾਲਾ ਮਾਹੌਲ ਇੱਕਦਮ ਹੀ ਬਦਲ ਗਿਆ ਸੀ। ਹੁਣ ਸਾਰੇ ਆਪਣੇ ਆਪਣੇ ਪੀਰੀਅਡ ਲਾਉਂਦੇ, ਹੁਣ ਕੋਈ 1-2 ਮਿੰਟ ਵੀ ਲੇਟ ਨਹੀਂ ਸੀ ਹੁੰਦਾ। ਫਰਲੋ ਵੀ ਬੰਦ ਹੋ ਗਈ ਸੀ। ਹਰ ਵਕਤ ਸਕੂਲ ਦੇ ਮਾਹੌਲ 'ਚ ਤਣਾਅ ਰਹਿਣ ਲੱਗਾ। ਚਰਨਦਾਸ ਹੁਣ ਬਿਲਕੁਲ ਹੀ ਬਦਲ ਗਿਆ ਸੀ। ਅਸੀਂ ਤਾਂ ਉਹਦਾ ਪਹਿਲਾਂ ਹੀ ਨਾਂ ਲੈਂਦੇ ਸੀ ਅਤੇ ਉਹ ਹੁਣ ਸਾਨੂੰ ਵੀ ਨਾਵਾਂ ਨਾਲ ਬੁਲਾਉਣ ਲੱਗ ਪਿਆ ਸੀ। ਗਿੱਲ ਨੂੰ ਨਸੀਬ ਸਿੰਘ ਕਹਿੰਦਾ, ਮੈਨੂੰ ਕਦੇ ਸਾਇੰਸ ਮਾਸਟਰ, ਕਦੇ ਬਰਾੜ ਕਹਿ ਦਿੰਦਾ, ਪਰ ਹੁਣ ਬਰਾੜ ਦੇ ਨਾਲ ਸਾਹਿਬ ਲਾਉਣੋਂ ਹਟ ਗਿਆ ਸੀ। ਇਹਨਾਂ ਦਿਨਾਂ 'ਚ ਹੀ ਪੰਜਾਬ ਦਾ ਮਾਹੌਲ ਵਧੇਰੇ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ। ਇੱਕ ਬੱਸ ਵਿੱਚੋਂ ਇੱਕੋ ਫਿਰਕੇ ਦੇ ਯਾਤਰੀ ਲਾਹ ਕੇ ਮਾਰ ਦਿੱਤੇ ਗਏ। ਚੁਣੀ ਹੋਈ ਸਰਕਾਰ ਡੇਗ ਕੇ ਸੂਬੇ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ। ਰੋਜ਼ਾਨਾ ਕਿਤੇ ਨਾ ਕਿਤੇ ਕੋਈ ਵਾਰਦਾਤ ਹੋਈ ਰਹਿੰਦੀ। ਧੋਤੀ ਟੋਪੀ ਯਮੁਨਾ ਪਾਰ ਦੇ ਨਾਅਰੇ ਬਣਨੇ ਸ਼ੁਰੂ ਹੋ ਗਏ ਸੀ। ਗਿੱਲ ਨੇ ਦਾੜ੍ਹੀ ਕੱਟਣੀ ਬੰਦ ਕਰਤੀ ਸੀ ਅਤੇ ਉਹ ਮੈਨੂੰ ਵੀ ਦਾੜ੍ਹੀ ਮੁੱਛਾਂ ਰੱਖ ਲੈਣ ਅਤੇ ਪੱਗ ਬੰਨਣ ਲਈ ਜ਼ੋਰ ਪਾਉਂਦਾ ਰਹਿੰਦਾ। ਸਵੇਰੇ ਸਵੇਰੇ ਹੀ ਉਹ ਅਖਬਾਰ ਖੋਲ੍ਹ ਕੇ ਅੱਜ ਦਾ ਸਕੋਰ ਦੱਸਣ ਲੱਗ ਜਾਂਦਾ। ਚਰਨਦਾਸ ਜੋ ਮੁਖੀ ਬਣ ਕੇ ਗਿੱਲ ਤੋਂ ਡਰਨੋਂ ਹਟ ਗਿਆ ਸੀ, ਹੁਣ ਫਿਰ ਡਰਨ ਲੱਗ ਪਿਆ ਸੀ। ਇੱਕ ਦਿਨ ਲੋਈਆਂ ਲਈ 2 ਨੌਜਵਾਨ ਸਕੂਲ 'ਚ ਆਏ ਅਤੇ ਉਹ ਗਿੱਲ ਦੇ ਮੋਟਰਸਾਈਕਲ 'ਚੋਂ ਪੈਟਰੋਲ ਦੀ ਬੋਤਲ ਕਢਾ ਕੇ ਲੈ ਗਏ, ਕਿਉਂਕਿ ਉਹਨਾਂ ਦੇ ਬੁਲਟ ਦਾ ਪੈਟਰੋਲ ਮੁੱਕ ਗਿਆ ਸੀ। ਨੇੜੇ ਤੇੜੇ ਕੋਈ ਪੰਪ ਵੀ ਨਹੀਂ ਸੀ। ਉਸ ਦਿਨ ਤੋਂ ਬਾਅਦ ਤਾਂ ਚਰਨਦਾਸ ਹੋਰ ਵੀ ਡਰ ਗਿਆ ਸੀ।
ਉਹਨੂੰ ਇਹ ਵਹਿਮ ਹੋ ਗਿਆ ਸੀ ਕਿ ਲੋਈਆਂ ਵਾਲੇ ਨੌਜਵਾਨ ਗਿੱਲ ਦੇ ਜਾਣੂ ਸੀ। ਦੋਵੇਂ ਅਧਿਆਪਕਾਂ ਵਾਂ ਸਾਰਾ ਸਮਾਂ ਇਕੱਠੀਆਂ ਰਹਿੰਦੀਆਂ। ਗਿੱਲ ਚਰਨਦਾਸ ਨਾਲ ਘੱਟ ਵੱਧ ਹੀ ਗੱਲ ਕਰਦਾ। ਚਰਨਦਾਸ ਮੈਨੂੰ ਆਪਣਾ ਹਮਦਰਦ ਸਮਝਦਾ ਸੀ ਅਤੇ ਮੇਰੀ ਕਦਰ ਵੀ ਕਰਦਾ ਸੀ। ਉਹ ਅਕਸਰ ਹੀ ਕਹਿੰਦਾ ਰਹਿੰਦਾ ਸੀ ਕਿ ਸਾਇੰਸ ਮਾਸਟਰ ਇੰਟੈਲੀਜੈਂਟ ਹੁੰਦੇ ਹਨ। ਮੈਂ ਵੀ ਉਹਦੇ ਸਕੂਲ ਮੁਖੀ ਦਾ ਚਾਰਜ ਸੰਭਾਲਣ ਦੇ ਤਰੀਕੇ ਨੂੰ ਭੁਲਾ ਦਿੱਤਾ ਸੀ। ਮੈਨੂੰ ਉਸ ਨਾਲ ਹਮਦਰਦੀ ਹੁੰਦੀ। ਮੈਂ ਹਮੇਸ਼ਾ ਉਹਨੂੰ ਸਹੀ ਰਾਏ ਦਿੰਦਾ। ਉਹ ਆਪ ਹੀ ਮੇਰੇ ਕੋਲ ਆ ਬੈਠਦਾ ਅਤੇ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਦੱਸਣ ਲੱਗ ਜਾਂਦਾ। ਉਹਦਾ ਛੋਟਾ ਭਰਾ ਕੁਵੈਤ ਚਲਾ ਗਿਆ ਸੀ ਅਤੇ ਪਿੱਛੇ ਉਹਦੇ ਬਿਰਧ ਮਾਂ ਬਾਪ ਘਰ 'ਚ ਇਕੱਲੇ ਰਹਿ ਗਏ ਸੀ। ਮੇਰੇ ਕੋਲ ਉਹ ਆਪਣੇ ਬਿਰਧ ਮਾਂ ਬਾਪ ਦੀ ਚਿੰਤਾ ਕਰਦਾ। ਕੁਛ ਦਿਨ ਪਹਿਲਾਂ ਉਹਦੀ ਮਾਤਾ ਬਿਮਾਰ ਹੋ ਗਈ ਸੀ ਅਤੇ ਉਹਦੀ ਪਤਨੀ ਬੱਚੇ ਲੈ ਕੇ ਸੱਸ ਦੀ ਦੇਖਭਾਲ ਲਈ ਉਹਨਾਂ ਕੋਲ ਚਲੀ ਗਈ ਸੀ। ਇਸ ਸਕੂਲ ਦੀ ਬਦਲੀ ਕਰਵਾ ਕੇ ਉਹ ਹੁਣ ਪਛਤਾ ਰਿਹਾ ਸੀ। ਉਹਨੂੰ ਹੁਣ ਸਮਝ ਆਈ ਸੀ ਕਿ ਜੇ ਉਹਨੇ ਮਾਇਆ ਖਰਚ ਕਰਕੇ ਆਪਣੀ ਬਦਲੀ ਕਰਵਾਉਣੀ ਸੀ ਤਾਂ ਪਹਿਲਾਂ ਹੀ ਆਪਣੇ ਜ਼ਿਲ੍ਹੇ ਦੇ ਕਿਸੇ ਸਕੂਲ ਦੀ ਕਰਵਾਉਂਦਾ। ਇਸ ਸਕੂਲ 'ਚ ਆਉਣ ਨਾਲ ਤਾਂ ਖਜੂਰ ਤੋਂ ਡਿੱਗੇ ਝਾੜ ਝਟਕੇ ਵਾਲੀ ਗੱਲ ਹੋ ਗਈ ਸੀ। ਉਹ ਹੁਣ ਫੇਰ ਬਦਲੀ ਕਰਵਾ ਕੇ ਆਪਣੇ ਘਰ ਦੇ ਨੇੜੇ ਜਾਣਾ ਚਾਹੁੰਦਾ ਸੀ ਅਤੇ ਹੁਣ ਉਹਨੂੰ ਬਦਲੀ ਕਰਵਾਉਣ ਦਾ ਵੱਲ ਵੀ ਆ ਚੁੱਕਾ ਸੀ। ਸੂਬੇ 'ਚ ਗਵਰਨਰੀ ਰਾਜ ਹੋਣ ਕਰਕੇ ਸਾਰੇ ਮਹਿਕਮਿਆਂ 'ਚ ਅਫਸਰਸ਼ਾਹੀ ਦਾ ਬੋਲਬਾਲਾ ਸੀ। ਬਦਲੀਆਂ ਦਾ ਸੀਜ਼ਨ ਚਿਰੋਕਾ ਲੰਘ ਚੁੱਕਾ ਸੀ। ਫਿਰ ਵੀ ਅਧਿਆਪਕਾਂ ਦੀਆਂ ਬਦਲੀਆਂ ਦੀਆਂ ਲਿਸਟਾਂ ਅਜੇ ਵੀ ਆ ਰਹੀਆਂ ਸਨ। ਬਦਲੀਆਂ ਸਿੱਧੀਆਂ ਚੰਡੀਗੜ੍ਹੋਂ ਹੁੰਦੀਆਂ। ਕਰਮਚਾਰੀ ਦੀ ਸਟੇ ਆਦਿ ਦਾ ਵੀ ਕੋਈ ਚੱਕਰ ਨਹੀਂ ਸੀ। ਮਾਇਆ ਦਿਓ, ਆਪਣਾ ਮਨਪਸੰਦ ਸਟੇਸ਼ਨ ਪਾਓ। ਚਰਨਦਾਸ ਵੀ 10 ਦਿਨ ਦੀ ਛੁੱਟੀ ਲਿਖ ਕੇ ਚਲਾ ਗਿਆ ਅਤੇ ਅੱਜ ਜਦੋਂ ਮੈਂ ਅਤੇ ਗਿੱਲ ਇਕੱਠੇ ਹੀ ਦਫ਼ਤਰ 'ਚ ਦਾਖਲ ਹੋਏ ਤਾਂ ਚਰਨਦਾਸ ਮੇਜ਼ ਉੱਪਰ ਲੱਤਾਂ ਨਿਸਾਲੀ ਬੈਠਾ ਨਿਸਾਲੀ ਪਿਆ ਸੀ। ਮੈਂ ਉਸ ਨਾਲ ਹੱਥ ਮਿਲਾਇਆ ਅਤੇ ਕੁਰਸੀ 'ਤੇ ਬੈਠ ਕੇ ਉਹਦੇ ਮੂਹਰੋਂ ਹਾਜ਼ਰੀ ਰਜਿਸਟਰ ਖਿੱਚ ਕੇ ਹਾਜ਼ਰੀ ਲਾ ਕੇ ਗਿੱਲ ਵੱਲ ਵਧਾ ਦਿੱਤਾ। ਗਿੱਲ ਨੇ ਉਸ ਨਾਲ ਹੱਥ ਨਹੀਂ ਮਿਲਾਇਆ ਸੀ ਅਤੇ ਨਾ ਹੀ ਉਹ ਕੁਰਸੀ 'ਤੇ ਬੈਠਾ ਸੀ। ਉਹਦਾ ਖੱਬਾ ਹੱਥ ਬਾਹਰ ਬਾਹਰ ਆਪਣੇ ਨੱਕ ਉੱਪਰ ਜਾ ਰਿਹਾ ਸੀ। ਖੜ੍ਹੇ ਖੜੋਤੇ ਉਹਨੇ ਹਾਜ਼ਰੀ ਲਾਈ। ਜੇ ਕੁਰਸੀਆਂ 'ਤੇ ਬਹਿਣ ਦੀ ਅਜੇ ਤੱਕ ਤਮੀਜ਼ ਨਹੀਂ ਆਈ ਤਾਂ ਜੁਰਾਬਾਂ ਤਾਂ ਧੋਤੀਆਂ ਪਾ ਲਿਆ ਕਰੋ, ਉਹਨੇ ਉੱਚੀ ਆਵਾਜ਼ 'ਚ ਕਿਹਾ ਅਤੇ ਦਫ਼ਤਰੋਂ ਬਾਹਰ ਨਿਕਲ ਗਿਆ। ਚਰਨਦਾਸ ਨੇ ਮੇਜ਼ ਤੋਂ ਲੱਤਾਂ ਹੇਠਾਂ ਕਰ ਲਈਆਂ ਅਤੇ ਪੈਰਾਂ 'ਚ ਜੁੱਤੀ ਅੜਾ ਕੇ ਖੜ੍ਹਾ ਹੁੰਦਾ ਉੱਨੀ ਉੱਚੀ ਆਵਾਜ਼ 'ਚ ਤੰਜ਼ੀਆ ਲਹਿਜ਼ੇ 'ਚ ਬੋਲਿਆ, ਪਿਛਲੀਆਂ ਕਿੰਨੀਆਂ ਹੀ ਸਦੀਆਂ ਤੋਂ ਅਸੀਂ ਤੁਹਾਡਾ ਗੰਦ ਬੰਦ ਢੋਂਦੇ ਆ ਰਹੇ ਹਾਂ, ਤੁਸੀਂ ਸਾਡੀਆਂ ਮੁਸ਼ਕੀਆਂ ਜੁਰਾਬਾਂ ਨਹੀਂ ਸੁੰਘ ਸਕਦੇ। ਉਹਦੇ ਬੋਲਾਂ 'ਚ ਪੂਰਾ ਆਤਮ ਵਿਸ਼ਵਾਸ ਝਲਕ ਰਿਹਾ ਸੀ, ਜਿਵੇਂ ਉਹਨੇ ਇਸ ਜਵਾਬ ਪਹਿਲਾਂ ਸੋਚ ਰੱਖਿਆ ਹੋਵੇ। ਉਹਦੇ ਵਰਤਾਰੇ ਤੋਂ ਲੱਗ ਰਿਹਾ ਸੀ ਜਿਵੇਂ ਮੇਜ਼ ਉੱਪਰ ਲੱਤਾਂ ਰੱਖਣ ਦਾ ਉਹਨੇ ਜਾਣ ਬੁੱਝ ਕੇ ਡਰਾਮਾ ਕੀਤਾ ਹੋਵੇ। ਮੇਰੇ ਕੋਲ ਆ ਕੇ ਉਹਨੇ ਆਪਣੀ ਪੈਂਟ ਦੀ ਸੱਜੀ ਜੇਬ 'ਚੋਂ ਕੁਝ ਕਾਗਜ਼ ਕੱਢ ਕੇ ਮੇਰੇ ਹੱਥ 'ਚ ਫੜਾ ਦਿੱਤੇ, ਜਿਵੇਂ ਉਹਨੇ ਪਹਿਲੇ ਦਿਨ ਆ ਕੇ ਫੜਾਏ ਸੀ। ਉਹ ਬਿਨਾਂ ਬੋਲੇ ਮੈਨੂੰ ਮੁਖੀ ਦੀ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕਰ ਰਿਹਾ ਸੀ। ਖੜ੍ਹੇ ਖੜੋਤੇ ਨਹੀਂ ਮੈਂ ਉਹਨਾਂ ਕਾਗਜ਼ਾਂ 'ਤੇ ਨਿਗਾਹ ਮਾਰੀ। ਉਹਦੀ ਬਦਲੀ ਦੇ ਆਰਡਰ ਸਨ, ਬਦਲੀ ਉਹਦੇ ਆਪਣੇ ਜ਼ਿਲ੍ਹੇ 'ਚ ਹੋ ਗਈ ਸੀ। ਵਧਾਈਆਂ ਚਰਨਦਾਸ, ਮੈਂ ਖੁਸ਼ ਹੋ ਕੇ ਉੱਚੀ ਸਾਰੀ ਕਿਹਾ ਅਤੇ ਹੱਥ ਮਿਲਾਉਣ ਲਈ ਆਪਣੀ ਬਾਂਹ ਉਸ ਵੱਲ ਵਧਾ ਦਿੱਤੀ। ਉਹਨੇ ਗਰਮ ਜੋਸ਼ੀ ਨਾਲ ਹੱਥ ਮਿਲਾਇਆ ਅਤੇ ਮੈਨੂੰ ਜੱਫੀ 'ਚ ਘੁੱਟ ਕੇ ਮੁਖੀ ਦੀ ਕੁਰਸੀ ਵੱਲ ਧੱਕਣ ਲੱਗਾ। ਨਹੀਂ ਚਰਨਦਾਸ, ਮੈਂ ਨਹੀਂ ਇਸ ਕੁਰਸੀ 'ਤੇ ਬਹਿੰਦਾ। ਕੀ ਪਤਾ ਤੇਰੀ ਥਾਂ 'ਤੇ ਆਉਣ ਵਾਲਾ ਬੰਦਾ ਮੇਰੇ ਤੋਂ ਤੇਰੇ ਵਾਂਗ ਕਿੰਨਾ ਸੀਨੀਅਰ ਹੋਏਗਾ। ਮੈਂ ਅੱਗੇ ਵਧਣ ਤੋਂ ਇਨਕਾਰ ਕਰਦੇ ਹੋਏ ਕਿਹਾ, ਨਹੀਂ ਬਰਾੜ ਸਾਹਿਬ, ਇਹ ਕੁਰਸੀ ਹੁਣ ਤੁਹਾਡੀ ਰਹੇਗੀ। ਹਫ਼ਤਾ ਹੋ ਗਿਆ ਸੀ ਮੈਨੂੰ ਚੰਡੀਗੜ੍ਹ ਬੈਠੇ ਨੂੰ ਅਤੇ ਕੱਲ੍ਹ ਮੈਂ ਚੰਡੀਗੜ੍ਹੋਂ ਸਿੱਧਾ DO ਦਫ਼ਤਰ ਆ ਗਿਆ ਸੀ। ਉੱਥੇ ਪਤਾ ਲੱਗ ਗਿਆ ਸੀ ਕਿ ਰਾਜੀਵ ਕੁਮਾਰ ਨੂੰ ਫਿਰ ਕਿਸੇ ਪੱਕੇ ਬੰਦੇ ਨੇ ਪੱਟ ਦਿੱਤਾ ਅਤੇ ਉਹਦੀ ਐਡਜਸਟਮੈਂਟ ਆਪਣੇ ਸਕੂਲ 'ਚ ਹੀ ਹੋਈ ਹੈ। ਜਿਵੇਂ ਤੁਹਾਡੇ ਪਾਸੋਂ ਮੁਖੀ ਦੀ ਕੁਰਸੀ ਖੋਈ ਸੀ ਉਸੇ ਤਰ੍ਹਾਂ ਹੀ ਵਾਪਸ ਘਰ ਚੱਲਿਆ। ਇਹ ਕਹਿ ਕੇ ਉਹ ਫਿਰ ਮੈਨੂੰ ਮੁਖੀ ਦੀ ਕੁਰਸੀ 'ਤੇ ਬਿਠਾਉਣ ਲੱਗਿਆ। ਉਹਦੀਆਂ ਭਰੀਆਂ ਹੋਈਆਂ ਅੱਖਾਂ ਵੇਖ ਕੇ ਮੇਰੀਆਂ ਵੀ ਅੱਖਾਂ ਸਿਮ ਆਈਆਂ। ਇਸ ਸਮੇਂ ਦੌਰਾਨ ਗਿੱਲ ਦੇ ਪਿੱਛੇ ਪਿੱਛੇ ਦੋਵੇਂ ਮੈਡਮਾਂ ਵੀ ਦਫ਼ਤਰ ਦੇ ਬਾਹਰ ਜਾਣ ਖਲੋਤੀਆਂ ਸੀ। ਗਿੱਲ ਪਹਿਲਾਂ ਵਾਂਗ ਹੀ ਲਾਲ ਅੱਖਾਂ ਨਾਲ ਚਰਨਦਾਸ ਨੂੰ ਘੂਰ ਰਿਹਾ ਸੀ ਅਤੇ ਮੈਡਮਾਂ ਬੁੱਤ ਬਣੀਆਂ ਖੜੀਆਂ ਸਨ। ਧੰਨਵਾਦ।